ਕੀ ਹੁਣ ਵੀ ਕੋਈ ਸਬੂਤ ਚਾਹੀਦਾ ਹੈ ਕਿ ਸੁਪਰੀਮ ਕੋਰਟ ਦੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਆ ਕਰਨ ਦੇ ਫੈਸਲੇ ਤੋਂ ਬਾਅਦ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਸਾਫ਼ ਨਹੀਂ ਹੋਇਆ ਹੈ ਕਿਉਂਕਿ ਇਹ ਸੱਚ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਜੇ ਸੌਖੀ ਨਹੀਂ ਤਾਂ ਐਨੀ ਔਖੀ ਵੀ ਨਹੀਂ ਹੈ ਸਤਸ੍ਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰਾਈਮ ਟਾਈਮ ਦੇ ਨਾਲ ਮਹਿਰ ਸ਼ਰਨਕਰ ਦੇਸ਼ ਦੀ ਸਰਵਉੱਚ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲ ਕੇਸ ਦੇ ਵਿੱਚ ਨਲਨੀ ਸ੍ਰੀ ਹਰਸ ਸਮੇਤ ਸਾਰੇ ਦੋਸ਼ੀਆਂ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਹੈ ਸੁਪਰੀਮ ਕੋਰਟ ਨੇ ਰਾਜਪਾਲ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਜੇ ਰਾਜਪਾਲ ਇਸ ਸੰਬੰਧ ਦੇ ਵਿੱਚ ਕੋਈ ਕਦਮ ਨਹੀਂ ਚੁੱਕ ਰਹੇ ਤਾਂ ਅਸੀਂ ਚੁੱਕਾਂਗੇ ਅਦਾਲਤ ਨੇ ਕਿਹਾ ਕਿ ਦੋਸ਼ੀ ਪਰਾਰੀ ਵਲੰਦੀ ਰਿਹਾਈ ਦਾ ਹੁਕਮ ਬਾਕੀ ਦੋਸ਼ੀਆਂ ਤੇ ਵੀ ਲਾਗੂ ਹੋਵੇਗਾ 18 ਮਈ ਨੂੰ ਸੁਪਰੀਮ ਕੋਰਟ ਨੇ ਦੋਸ਼ੀ ਪਿਰਾਰੀ ਵਲਨ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਸੀ ਤੇ ਹੁਣ ਸੁਪਰੀਮ ਕੋਰਟ ਦੇ ਨਵੇਂ ਰਿਹਾਈ ਦੇ ਹੁਕਮਾਂ ਦੇ 1 ਘੰਟੇ ਦੇ ਅੰਦਰ ਹੀ ਸਾਰੇ ਮੌਲਸਮਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਵੀ ਕਰ ਦਿੱਤਾ ਗਿਆ ਨਲਨੀ ਅਤੇ ਰਵੀਚੰਦਰਨ ਦੋਵਾਂ ਨੇ 30 ਸਾਲ ਦਾ ਵਕਤ ਜੇਲ੍ਹ ਦੇ ਵਿੱਚ ਗੁਜ਼ਾਰਿਆ ਹੈ ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦਾ ਆਧਾਰ ਵੀ ਮਜ਼ਬੂਤ ਹੋਇਆ ਤੇ ਹੁਣ ਮੁੜ ਤੋਂ ਉਹਨਾਂ ਦੀ ਰਿਹਾਈ ਦੀ ਮੰਗ ਨੇ ਰਫ਼ਤਾਰ ਫੜ ਲਈ ਹੈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੇ ਸੁਪਰੀਮ ਕੋਰਟ ਦਾ ਫੈਸਲਾ ਆਉਂਦੇ ਹੀ ਕੇਂਦਰ ਸਰਕਾਰ ਨੂੰ ਟਵੀਟ ਕਰਕੇ ਪੁੱਛਿਆ ਕਿ ਕੀ ਹੁਣ ਵੀ ਤੁਹਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਾਰਨ ਚਾਹੀਦਾ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਕੀ ਭਾਰਤ ਸਰਕਾਰ ਨੂੰ ਹੁਣ ਵੀ ਪ੍ਰਧਾਨ ਮੰਤਰੀ ਵੱਲੋਂ ਸ਼੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਕਿਸੇ ਠੋਸ ਆਧਾਰ ਦੀ ਲੋੜ ਹੈ ਸੁਪਰੀਮ ਕੋਰਟ ਨੇ ਹੁਣ ਇਹ ਆਧਾਰ ਵੀ ਦੇ ਦਿੱਤਾ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਬਰੀ ਕਰਕੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਜਲਦ ਕਰੋ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਣ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਦੇਸ਼ ਦੇ ਵਿੱਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ ਜੇ ਨਲਨੀ ਅਤੇ ਬਾਕੀ ਸਾਰੇ ਦੋਸ਼ੀਆਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਤਾਂ ਬੰਦੀ ਸਿੰਘ ਰਹਾ ਕਿਉਂ ਨਹੀਂ ਹੋ ਸਕਦੇ ਦੇ ਕੇਸ 'ਚ ਤੇ ਕੋ ਮੈਂ ਇਹ ਗੱਲ ਪਹਿਲਾਂ ਵੀ ਕੀਤੀ ਹੈ ਕਿ ਦੇਸ਼ 'ਚ ਦੋਹਰੇ ਮਾਪਦੰਡ ਦੋਹਰੇ ਕਾਨੂੰਨ ਨਹੀਂ ਹੋ ਸਕਦੇ ਜਿੱਥੇ ਤਾਂ ਇਹ ਸੁਪਰੀਮ ਕੋਰਟ ਦੇ ਫੈਸਲੇ ਦਾ ਅਸੀਂ ਆਬਵੀਅਸਲੀ ਸਵਾਗਤ ਕਰਦੇ ਆ ਕਿਉਂਕਿ 30 30 ਸਾਲ 35 35 32 32 ਸਾਲ ਉਹਨਾਂ ਨੂੰ ਹੋ ਗਏ ਮਗਰ ਜੇ ਕੋਈ ਤਮਿਲਨਾਡੂ ਸਟੇਟ ਨਾਲ ਸੰਬੰਧਿਤ ਹੈ ਜੇ ਉਹਨਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਫॉर 30 ਸਾਲ 32 ਸਾਲ ਤੇ ਕੀ ਗੱਲ ਹੈ ਕਿ ਤਮਿਲਨਾਡੂ ਤੋਂ ਪੰਜਾਬ ਆਉਂਦੇ ਆਉਂਦੇ ਆ ਉਹ ਕਾਨੂੰਨ ਬਦਲ ਜਾਂਦਾ ਫਿਰ ਭਾਈ ਬਲਵੰਤ ਸਿੰਘ ਰਾਜਵਾਨਾ ਜਾਂ ਹੋਰ ਜਿਹੜੇ ਬੰਦੀ ਸਿੰਘ ਹੈ ਜਿਨ੍ਹਾਂ ਨੂੰ 28 28 ਸਾਲ ਹੋ ਗਏ ਆ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਦੇਖੋ ਗੁਜਰਾਤ ਚ ਬਿਲਕਿਸਮਾਨੂ ਦਾ ਕੇਸ ਹੈ ਉਹ 14 ਸਾਲ ਬਾਅਦ ਰਿਆ ਹੋ ਗਏ ਤੇ ਕੀ ਹੈ ਜੇ ਤਾਂ ਤੁਸੀਂ ਜੇ ਓਵਰਆਲ ਵਿਊ ਵੇਖੋ ਕੀ ਹੈ ਕਿ ਗੁਜਰਾਤੀ ਲਈ ਕਾਨੂੰਨ ਹੋ ਰਿਹਾ ਹੈ ਤਮਿਲਨਾਡੂ ਲਈ ਕਾਨੂੰਨ ਹੋ ਰਿਹਾ ਹੈ ਤੇ ਪੰਜਾਬ ਲਈ ਕਾਨੂੰਨ ਹੋ ਰਿਹਾ ਹੈ ਤਕਨੀਕੀ ਤੌਰ ਤੇ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੇ ਨਾਲ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਉਮਰ ਕੈਦ ਦੀ ਸਜ਼ਾ ਮਾਫੀ ਦਾ ਰਾਹ ਵੀ ਸਾਫ਼ ਹੋਇਆ ਹੈ ਹੁਣ ਦਿੱਲੀ ਸਰਕਾਰ ਦੇ ਫੈਸਲੇ ਨੂੰ ਆਧਾਰ ਬਣਾ ਕੇ ਉਹਨਾਂ ਦੀ ਸਜ਼ਾ ਮਾਫ ਕੀਤੀ ਜਾ ਸਕਦੀ ਹੈ ਰਾਜੀਵ ਗਾਂਧੀ ਬਲਕੀਸ ਬਾਨੋ ਅਤੇ ਦਵਿੰਦਰ ਪਾਲ ਸਿੰਘ ਢੁੱਲਰ ਇਹ ਤਿੰਨ ਅਜਿਹੇ ਮਾਮਲੇ ਨੇ ਜਿਨ੍ਹਾਂ ਦੇ ਕਾਨੂੰਨੀ ਫੈਸਲਿਆਂ ਨੂੰ ਆਧਾਰ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੇਂਦਰ ਤੇ ਸੂਬਾ ਸਰਕਾਰਾਂ ਤੇ ਮਜਬੂਤੀ ਦੇ ਨਾਲ ਦਬਾਅ ਪਾਇਆ ਜਾ ਸਕਦਾ ਹੈ ਖਾਸ ਕਰਕੇ ਬਿਆਨ ਸਿੰਘ ਕਤਲकांड ਦੇ ਵਿੱਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਦਾ ਮੁੱਦਾ ਹੁਣ ਸੁਪਰੀਮ ਕੋਰਟ ਦੇ ਵਿੱਚ ਮਜ਼ਬੂਤੀ ਨਾਲ ਚੁੱਕਿਆ ਜਾ ਸਕਦਾ ਹੈ ਰਾਜਵਾਨਾ ਦੇ ਵਕੀਲ ਮੋਕਲ ਰੋਤਗੀ ਪਹਿਲਾਂ ਹੀ ਦਵਿੰਦਰ ਪਾਲ ਸਿੰਘ ਭੁੱਲਰ ਦੀ ਸਜ਼ਾਏ ਮੌਤ ਦਾ ਹਵਾਲਾ ਦਿੰਦੇ ਹੋਏ ਰਾਜਵਾਨਾ ਦੀ ਸਜ਼ਾ ਮਾਫੀ ਦੀ ਦਲੀਲ ਅਦਾਲਤ ਵਿੱਚ ਰੱਖ ਚੁੱਕੇ ਨੇ ਪੁੱਲਰ ਨੂੰ ਬੰਬ ਤਮਾਕੇ ਦੇ ਵਿੱਚ ਫਾਂਸੀ ਦੀ ਸਜ਼ਾ ਮਿਲੀ ਸੀ ਪਰ ਉਸ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੇ ਵਿੱਚ ਇਸ ਲਈ ਤਬਦੀਲ ਕੀਤਾ ਕਿਉਂਕਿ ਰਾਸ਼ਟਰਪਤੀ ਨੇ ਉਹਨਾਂ ਦੀ ਸਜ਼ਾ ਤੇ ਫੈਸਲਾ ਲੈਣ ਲਈ ਦੋ ਦਹਾਕਿਆਂ ਤੱਕ ਦਾ ਸਮਾਂ ਲਿਆ ਸੀ ਹੁਣ ਜਦੋਂ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਣ ਦਾ ਐਲਾਨ ਕੀਤਾ ਹੈ ਤਾਂ ਰਾਜਵਾਨਾ ਦੇ ਵਕੀਲ ਮੋਕਲ ਰੋਤਗੀ ਦੇ ਲਈ ਅਦਾਲਤ ਦੇ ਵਿੱਚ ਜ਼ਿਰਾਂ ਦਾ ਇੱਕ ਵੱਡਾ ਕਾਰਨ ਬਣ ਸਕਦਾ ਹੈ ਕਿਉਂਕਿ ਭੁੱਲਰ ਵਾਂਗੂ 2014 ਦੇ ਵਿੱਚ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੇ ਕਾਤਲਾਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਸੀ ਇਸ ਪਿੱਛੇ ਵੀ ਇਹੀ ਤਰਕ ਦਿੱਤਾ ਗਿਆ ਸੀ ਕਿਉਂਕਿ ਰਾਸ਼ਟਰਪਤੀ 20 ਸਾਲ ਬਾਅਦ ਵੀ ਸਜ਼ਾ ਮਾਫੀ ਤੇ ਫੈਸਲਾ ਨਹੀਂ ਕਰ ਸਕੇ ਸਨ ਇਸ ਲਈ ਦੋਸ਼ੀਆਂ ਦੀ ਸਜ਼ਾ ਨੂੰ ਹੁਣ ਉਮਰ ਕੈਦ ਦੇ ਵਿੱਚ ਬਦਲਿਆ ਜਾਂਦਾ ਹੈ ਰਾਜੂਆਣਾ ਦੇ ਮਾਮਲੇ ਦੇ ਵਿੱਚ ਵੀ ਅਜਿਹਾ ਹੋ ਸਕਦਾ ਹੈ ਸੁਪਰੀਮ ਕੋਰਟ ਉਹਨਾਂ ਦੀ ਸਜ਼ਾ ਸਜ਼ਾਏ ਮੌਤ ਦੇ ਫੈਸਲੇ ਨੂੰ ਪਹਿਲਾਂ ਉਮਰ ਕੈਦ ਦੇ ਵਿੱਚ ਤਬਦੀਲ ਕਰੇ ਫਿਰ ਸੂਬਾ ਸਰਕਾਰ ਰਾਜਪਾਲ ਦੇ ਜ਼ਰੀਏ ਉਹਨਾਂ ਦੀ ਸਜ਼ਾ ਮਾਫ ਕਰਵਾ ਸਕਦੀ ਹੈ ਜੇ ਅਜਿਹਾ ਹੁੰਦਾ ਤਾਂ ਹੋਰ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਵੀ ਸਾਫ਼ ਹੋ ਜਾਊਗਾ ਅੱਜ ਵਾਲੇ ਕੇਸ ਤੇ ਵਾਪਸ ਆ ਜਾਈਏ ਤਾਂ Rajiv Gandhi ਕਤਲकांड ਦੇ 7 ਦੋਸ਼ੀਆਂ ਦੇ ਨਾਮ ਦੱਸਦੇ ਹਾਂ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰਿਆਰੀ ਵਲਨ ਨੂੰ ਪਹਿਲਾਂ ਹੀ ਰਿਹਾ ਕੀਤਾ ਜਾ ਚੁੱਕਿਆ ਹੈ ਬਾਕੀਆਂ ਦੀ ਰਿਹਾਈ ਦੇ ਅੱਜ ਹੁਕਮ ਦੇ ਦਿੱਤੇ ਗਏ ਨੇ ਕੁੱਲ ਜਿਹੜੇ 6 ਨੇ ਉਹਨਾਂ ਦੀ ਰਿਹਾਈ ਦੇ ਹੁਕਮ ਦਿੱਤੇ ਗਏ ਨੇ ਤੇ ਉਹ ਰਿਹਾ ਵੀ ਹੋ ਚੁੱਕੇ ਨੇ ਸਾਰੇ 7 ਨਲਨੀ ਸ਼੍ਰੀ ਹਰਨ ਮੁਰੂਗਨ ਸੰਥਨ ਜਯਾ ਕੁਮਾਰ ਰੋਬਰਟ ਪਿਆਸ ਆਰਵੀ ਰਵੀਚੰਦਰਨ ਤੇ ਪ੍ਰਿਆਰੀ ਵਲਨ ਤੇ ਹੁਣ ਥੋੜਾ ਉਹ ਸਮਾਂ ਵੀ ਦੱਸ ਦਿੰਨੇ ਆ ਜਦੋਂ 1991 ਦੇ ਵਿੱਚ Rajiv Gandhi ਦਾ ਕਤਲ ਕੀਤਾ ਗਿਆ ਸੀ 21 ਮਈ 1991 ਦੀ ਰਾਤ ਸੀ 10:21 ਮਿੰਟ ਦਾ ਸਮਾਂ ਸੀ ਤਾਮਿਲਨਾਡੂ ਦੇ ਸ਼੍ਰੀ ਪੇਰ ਬੰਦੂਰ ਦੀ ਥਾਂ ਸੀ ਜਿੱਥੇ 30 ਸਾਲ ਦੀ ਇੱਕ ਛੋਟੇ ਕੱਦ ਵਾਲੀ ਕਾਲੇ ਰੰਗ ਦੀ ਕੁੜੀ ਚੰਦਨ ਦਾ ਹਾਰ ਲੈ ਕੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ગાંધી ਵੱਲ ਵਧੀ ਹੈ ਜਿਵੇਂ ਹੀ ਰਾਜੀਵ ગાંધી ਦੇ ਪੈਰ ਚੁੰਉਣ ਲੱਗਦੀ ਹੈ ਝੁਕਦੀ ਹੈ ਤਾਂ ਕੰਨ ਪਾੜਵਾ ਧਮਾਕਾ ਹੁੰਦਾ ਹੈ ਉਤਮੁਸ਼ਕਿਲ ਨਾਲ 10 ਗਜ਼ ਦੀ ਦੂਰੀ ਤੇ ਗਲਫ نیوز ਦੀ ਪੱਤਰਕਾਰ ਤੇ ਇਸ ਸਮੇਂ ਡੈਕਨ ਕ੍ਰੋਨਿਕਲ ਬੈਂਗਲੁਰੂ ਦੀ ਸਥਾਨਕ ਸੰਪਾਦਕ ਨੀਨਾ ਗੋਪਾਲ ਰਾਜੀਵ ਗਾਂਧੀ ਦੇ ਸਹਿਯੋਗੀ ਸੁਮਨ ਦੂਬੇ ਦੇ ਨਾਲ ਗੱਲਬਾਤ ਕਰ ਰਹੀ ਸੀ ਇਹਨਾਂ ਨੇ ਸਾਰਾ ਵਾਕਿਆ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸੀ ਉਸ ਵਕਤ ਧਮਾਕੇ ਦੇ ਵਿੱਚ ਆਸ-ਪਾਸ ਦੇ ਸਾਰੇ ਲੋਕ ਮਰ ਗਏ ਸੀ ਪਰ ਜਿਹੜੀ ਨੀਨਾ ਗੋਪਾਲ ਉਹ ਜਿਉਂਦੀ ਬਚ ਗਈ ਸੀ ਉਸਨੇ ਬਾਅਦ ਚੋ ਇਹ ਜਦੋਂ ਸਾਰੀਆਂ ਗੱਲਾਂ ਦਸੀਆਂ ਤਾਂ ਦੱਸਿਆ ਸੀ ਕਿ ਮੈਨੂੰ ਨਹੀਂ ਪਤਾ ਕਿ ਮੈਂ ਕਿਉਂ ਬਚੀ ਸੀ ਖੈਰ ਉਹ ਕਹਾਣੀ ਬਹੁਤ ਲੰਬੀ ਹੈ ਕਦੇ ਫੇਰ ਤੁਸੀਂ ਪੜ ਲਿਓ ਜਾਂ ਫਿਰ ਖੋਜ ਲਿਓ ਇਹ ਸੀ ਕਿ 21 ਮਈ 1991 ਦੀ ਰਾਤ ਨੂੰ ਇਹ ਜਿਹੜਾ ਬੰਬ ਧਮਾਕਾ ਹੋਇਆ ਸੀ ਜਿਸ ਦੇ ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ગાંધી ਦਾ ਕਤਲ ਕਰ ਦਿੱਤਾ ਗਿਆ ਸੀ ਹੁਣ ਫੇਰ ਬੰਦੀ ਸਿੰਘਾਂ ਦੇ ਮੁੱਦੇ ਦੀ ਗੱਲ ਕਰਦੇ ਹਾਂ ਜੋ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ ਬੰਦੀ ਸਿੰਘਾਂ ਦੇ ਨਾਲ ਮੁਲਕ ਦੇ ਅਜਿਹੇ ਹੋਰ ਬਹੁਤ ਸਾਰੇ ਚਿਹਰੇ ਨੇ ਜਿਹੜੇ ਬਿਨਾਂ ਕਿਸੇ ਦੋਸ਼ ਤੋਂ ਬੰਦ ਕੀਤੇ ਗਏ ਨੇ ਕਈ ਅਜਿਹੇ ਵੀ ਹਨ ਜਿਹੜੇ ਸਜ਼ਾਵਾਂ ਪੂਰੀਆਂ ਕਰਕੇ ਵੀ ਜੇਲ੍ਹਾਂ ਦੇ ਵਿੱਚ ਨੇ ਐਡਵੋਕੇਟ ਜਸਪਾਲ ਸਿੰਘ ਮਾਂਝਪੁਰ ਨੇ ਬੰਦੀ ਸਿੰਘਾਂ ਦੀ ਸੂਚੀ ਤਿਆਰ ਕੀਤੀ ਹੈ ਇਸ ਸੂਚੀ ਨੂੰ ਪਿਛਲੀਆਂ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਉਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਟਸਾ ਸੈਂਟਰ ਸਰਕਾਰ ਨੂੰ ਦੇ ਕੇ ਵੀ ਆਏ ਸੀ ਅਮਿਤ ਸ਼ਾਹ ਦੇ ਹੱਥ ਵਿੱਚ ਦੇ ਕੇ ਵੀ ਆਏ ਸੀ ਕਿ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਕਾਨੂੰਨ ਦੇ ਮੁਤਾਬਿਕ ਤੋ ਪਹਿਲਾ ਨਾਮ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਹੁੰਦਾ ਹੈ ਜਿਹੜੇ ਪਿਛਲੇ 26 ਸਾਲਾਂ ਤੋਂ ਜੇਲ੍ਹ ਚਬੰਦ ਨੇ ਗੁਰਦੀਪ ਸਿੰਘ ਖੈਰਾ 31 ਸਾਲਾਂ ਤੋਂ ਅੰਮ੍ਰਿਤਸਰ ਦੀ ਟਾਡਾ ਜੇਲ੍ਹ ਦੇ ਵਿੱਚ ਬੰਦ ਨੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲकांड ਦੇ ਮਲਜ਼ਮਾਂ ਦੇ ਵਿੱਚੋਂ ਲਖਵਿੰਦਰ ਸਿੰਘ 1995 ਤੋਂ ਮਾਡਲ ਜੇਲ੍ਹ ਬੁੜੈਲ ਦੇ ਵਿੱਚ ਬੰਦ ਨੇ ਤੇ ਦੂਜੇ ਦੋ ਹੋਰ ਦੋਸ਼ੀਆਂ ਗੁਰਮੀਤ ਸਿੰਘ ਤੇ ਸ਼ਮਸ਼ੀਰ ਸਿੰਘ ਵੀ ਉਹਨਾਂ ਦੇ ਨਾਲ ਹੀ 1995 ਦੇ ਵਿੱਚ ਇਸ ਲਖਾਂ ਚ ਡੱਕ ਦਿੱਤੇ ਗਏ ਸੀ ਕਤਲ ਕੇਸ ਦਾ ਇੱਕ ਖੋਦੋਸ਼ੀ ਪਰਮਜੀਤ ਸਿੰਘ ਪਿਹੋਰਾ 23 ਸਾਲ ਦੀ ਸਜ਼ਾ ਕੱਟ ਚੁੱਕਿਆ ਹੈ 23 ਜਨਵਰੀ 2004 ਵਿੱਚ ਜੇਲ੍ਹ ਤੋਂ ਫਰਾਰ ਹੋ ਗਿਆ ਸੀ 2006 ਦੇ ਵਿੱਚ ਜੰਮੂ ਕਸ਼ਮੀਰ ਤੋਂ ਮੁੜ ਗ੍ਰਿਫਤਾਰ ਕਰ ਲਿਆ ਗਿਆ ਸੀ ਮਾਡਲ ਜੇਲ੍ਹ ਬੁੜ੍ਹਾਲ ਦੇ ਵਿੱਚ ਬੰਦ ਹੈ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜਵਾਨਾ 1995 ਯਾਨੀ ਕਿ ਇਹ ਵੀ 26 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੇ ਅੱਜਕੱਲ੍ਹ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਨੇ ਹਾਲਾਂਕਿ 28 12 2012 ਦੇ ਵਿੱਚ ਫਾਂਸੀ ਦੀ ਸਜ਼ਾ ਤੇ ਅਦਾਲਤ ਨੇ ਰੋਕ ਲਾ ਦਿੱਤੀ ਸੀ ਬਿਆਨ ਸਿੰਘ ਕਤਲ ਕੇਸ ਦੇ ਖੋਦੋਸ਼ੀ ਜਗਤਾਰ ਸਿੰਘ ਹਵਾਰਾ ਅੱਜਕੱਲ੍ਹ ਦਿੱਲੀ ਦੀ ਚਿਨੀ ਹਵਾਰਾ 25 ਸਾਲ ਦੀ ਸਜ਼ਾ ਪੂਰੀ ਕਰ ਚੁੱਕੇ ਨੇ ਇਹ ਵੀ 2004 ਦੇ ਵਿੱਚ ਬੁੜੈਲ ਜੇਲ੍ਹ ਚੋਂ ਪਰਮਜੀਤ ਸਿੰਘ ਪਿਉਰਾ ਦੇ ਨਾਲ ਫਰਾਰ ਹੋ ਗਏ ਸੀ ਪਰ 2005 ਦੇ ਵਿੱਚ ਹੀ ਫੜੇ ਗਏ ਸਨ ਜਗਤਾਰ ਸਿੰਘ ਤਾਰਾ 1995 ਤੋਂ ਹੀ ਜੇਲ੍ਹ ਚ ਬੰਦ ਨੇ ਪਿਉਰਾ ਤੇ ਹਵਾਰਾ ਇੱਕਠੇ ਜੇਲ੍ਹ ਚੋਂ ਫਰਾਰ ਹੋਏ ਸੀ ਪਰ ਇਹ 2015 ਦੇ ਵਿੱਚ ਮੁੰਡ ਬੈਂਕਾਕ ਤੋਂ ਫੜੇ ਗਏ ਨੇ ਹੁਣ ਤੱਕ 15 ਸਾਲ ਦੀ ਸਜ਼ਾ ਪੂਰੀ ਕਰ ਚੁੱਕੇ ਨੇ ਸੁਰਿੰਦਰ ਸਿੰਘ ਮੇਰਠ ਦੀ ਜੇਲ੍ਹ ਵਿੱਚ ਪਿਛਲੇ 9 ਸਾਲਾਂ ਤੋਂ ਸਜ਼ਾ ਭੁਗਤ ਰਿਹਾ ਹੈ ਯੂਪੀ ਤੋਂ ਇੱਕ ਹੋਰ ਸਤਨਾਮ ਸਿੰਘ 9 ਸਾਲਾਂ ਤੋਂ ਮੁਰਾਦਾਬਾਦ ਦੀ ਜੇਲ੍ਹ ਦੇ ਵਿੱਚ ਬੰਦ ਹੈ ਇੱਕ ਹੋਰ ਬੰਦੀ ਸੁੱਚਾ ਸਿੰਘ ਪਿਛਲੇ 9 ਸਾਲ ਤੋਂ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਹੈ ਜਗਮਉਨ ਸਿੰਘ ਦਾ ਸਬੰਧ ਰਾਜਸਥਾਨ ਦੇ ਨਾਲ ਹੈ ਉਹ 14 ਸਾਲਾਂ ਤੋਂ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਬੰਦ ਨੇ ਹੁਬੜ ਜੇਲ੍ਹ ਦੇ ਵਿੱਚ 2017 ਦੇ ਵਿੱਚ ਪੈਰੋਲ ਜ਼ਰੂਰ ਮਿਲੀ ਸੀ ਕੁਲਬੀਰ ਸਿੰਘ ਬੜਾ ਪਿੰਡ ਉਮਰਕੈਦੀ ਸਜ਼ਾਪੂਕਤ ਰਹੇ ਨੇ surjit singh lakki arvindr singh khogga jaspreet singh ਇਹਨਾਂ ਨੂੰ ਨਵਾਂ ਸ਼ਹਿਰ ਦੀ ਇੱਕ ਅਦਾਲਤ ਨੇ 2016 ਦੇ ਵਿੱਚ ਉਮਰਕੈਦੀ ਸਜ਼ਾ ਸੁਣਾਈ ਸੀ ਇਹ ਸਾਰੇ ਫਰੀਦਕੋਟ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਗੁਰਪ੍ਰੀਤ ਸਿੰਘ ਖਾਲਸਾ ਵੀ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਬੜਾ ਹੀ ਅਹਿਮ ਨੁਕਤਾ ਇਹ ਹੈ ਕਿ ਇਹਨਾਂ ਸਾਰਿਆਂ ਦੇ ਵਿਰੁੱਧ ਹੋਰ ਕੋਈ ਵੀ ਕੇਸ ਅਦਾਲਤਾਂ ਦੇ ਵਿੱਚ ਨਹੀਂ ਚੱਲ ਰਿਹਾ ਜੇਲ੍ਹ ਮੈਨੂਅਲ ਦੇ ਮੁਤਾਬਕ ਜੇ ਕਿਸੇ ਕੈਦੀ ਦੇ ਖਿਲਾਫ ਪਿਛਲੇ 5 ਸਾਲਾਂ ਤੋਂ ਕੋਈ ਅਪਰਾਧ ਉਹਦੇ ਨਾਮ ਨਹੀਂ ਬੋਲਦਾ ਤਾਂ ਉਹ ਮਾਫੀ ਲੈਣ ਲਈ ਦਰਖਾਸਤ ਦੇਣ ਦੇ ਯੋਗ ਹੋ ਜਾਂਦਾ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ ਅਰਟੀਕਲ 72 ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਹੱਕ ਦਿੰਦਾ ਹੈ ਕਿ ਉਹ ਚੰਗੇ ਆਚਰਣ ਵਾਲੇ ਕਿਸੇ ਵੀ ਕੈਦੀ ਦੀ ਸਜ਼ਾ ਮਾਫ ਕਰਨ ਦਾ ਅਧਿਕਾਰ ਰੱਖਦੇ ਨੇ ਸੰਵਿਧਾਨ ਹਰ ਸੂਬੇ ਦੇ ਗਵਰਨਰ ਨੂੰ ਵੀ ਆਰਟੀਕਲ 166 ਦੇ ਤਹਿਤ ਹੱਕ ਦਿੰਦਾ ਹੈ ਕਿ ਉਹ ਉਮਰ ਕੈਦੀ ਦੀ ਉਮਰ ਸਜ਼ਾ ਜਿਹੜੀ ਉਮਰ ਕੈਦ ਹੈ ਉਹ ਮਾਫ ਕਰ ਸਕਦੇ ਨੇ ਪਰ ਫਾਂਸੀ ਦੀ ਸਜ਼ਾ ਮਾਫ ਕਰਨ ਦਾ ਅਧਿਕਾਰ ਸਿਰਫ ਮੁਲਕ ਦੇ ਰਾਸ਼ਟਰਪਤੀ ਕੋਲ ਹੁੰਦਾ ਹੈ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਨੇ ਬੰਦੀ ਸਿੰਘਾਂ ਦੀ ਜਿਹੜੀ ਸੂਚੀ ਤਿਆਰ ਕੀਤੀ ਹੈ ਉਹਨਾਂ ਦੇ ਨਾਲ ਤਿੰਨ ਚਾਰ ਅਜਿਹੇ ਕੈਦੀਆਂ ਦੀ ਰਿਹਾਈ ਦੇ ਆਰਡਰ ਵੀ ਨੱਥੀ ਕੀਤੇ ਨੇ ਜੀ ਕਤਲ ਕੇਸਾਂ ਦੇ ਵਿੱਚ ਬੰਦ ਸਨ ਪਰ ਉਹਨਾਂ ਨੂੰ ਸਾਲ ਸਾਲ ਡੇਢ ਡੇਢ ਸਾਲ ਬਾਅਦ ਹੀ ਸਜ਼ਾ ਮਾਫੀ ਦੇ ਦਿੱਤੀ ਗਈ ਸੀ ਖਾਸ ਤੌਰ ਤੇ ਐਗਜ਼ਾਮਪਲ ਹੈ ਪਿੰਕੀ ਕੈਟ ਇਸ ਦੀ ਰਿਹਾਈ ਦੇ ਹੁਕਮ ਵੀ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਨੇ ਆਪ ਭੇਜੇ ਸੀ ਤੇ ਫਿਰ 4-5 ਸਾਲਾਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਿੰਕੀ ਕੈਟ ਨੂੰ ਰਿਹਾ ਕੀਤਾ ਸੀ ਪੰਜ ਹੋਰ ਪੁਲਿਸ ਮੁਲਾਜ਼ਮਾਂ ਦੀ ਕੈਦ ਦੀ ਸਜ਼ਾ ਮਾਫ ਕੀਤੀ ਗਈ ਸੀ ਪੰਜਾਬ ਦੀ ਕੈਪਟਨ ਸਰਕਾਰ ਦੇ ਵੱਲੋਂ ਸੋ ਕੇਂਦਰ ਸਰਕਾਰ ਚਾਹੇ ਤਾਂ ਖੁਦ ਵੀ ਬੰਦੀ ਸਿੰਘਾਂ ਦੀ ਰਿਹਾਈ ਬਿਨਾਂ ਦੇਰੀ ਕਰ ਸਕ 的。 ਲੋੜ ਹੁੰਦੀ ਹੈ ਸਿਰਫ ਸੂਬਾ ਸਰਕਾਰਾਂ ਦੇ ਵੱਲੋਂ ਭੇਜੇ ਕੇਸ ਤੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਮੋਹਰ ਲਾਉਣ ਦੀ ਯਾਨੀ ਕਿ ਸੂਬਾ ਸਰਕਾਰ ਪਹਿਲਾਂ ਉਹਨਾਂ ਸਿੰਘਾਂ ਦੀ ਉਹਨਾਂ ਕੈਦੀਆਂ ਦੀ ਲਿਸਟ ਭੇਜਦੀ ਹੈ ਕੇਂਦਰ ਸਰਕਾਰ ਨੂੰ ਫਿਰ ਕੇਂਦਰ ਸਰਕਾਰ ਤੇ ਫੈਸਲਾ ਲੈ ਸਕਦੀ ਹੈ ਹੁਣ ਤਾਂ ਇਹ ਵੀ ਕਿਹਾ ਜਾਣ ਲੱਗਿਆ ਕਿ ਜੇ ਕੇਂਦਰ ਸਰਕਾਰ ਦੀ ਇੱਛਾ ਸ਼ਕਤੀ ਹੋਵੇ ਤਾਂ ਦੇਸ਼ ਦਾ ਰਾਸ਼ਟਰਪਤੀ ਜਾਂ ਸੂਬਾ ਦਾ ਗਵਰਨਰ ਰਬੜ ਦੀ ਮੋਹਰ ਹੀ ਹੁੰਦੇ ਨੇ ਉਹਨਾਂ ਤੋਂ ਇਹ ਕੰਮ ਕਰਵਾਉਣਾ ਕੋਈ ਔਖਾ ਨਹੀਂ ਹੁੰਦਾ ਸਗੋਂ ਕੇਂਦਰ ਦਾ ਇਸ਼ਾਰਾ ਹੀ ਕਾਫੀ ਹੁੰਦਾ ਹੈ ਜ਼ਰੂਰੀ ਹੈ ਇਹ ਦੱਸਣਾ ਕਿ ਸਜ਼ਾ ਮਾਫ ਕਰਵਾਉਣਾ ਕੈਦੀਆਂ ਦਾ ਭਾਵੇਂ ਕੋਈ ਅਧਿਕਾਰ ਨਹੀਂ ਪਰ ਕਿਉਂਕਿ ਸੰਵਿਧ ਸਭ ਨੂੰ ਬਰਾਬਰ ਦਾ ਹੱਕ ਦਿੰਦਾ ਹੈ ਤੇ ਜੇ ਪਿੰਕੀ ਕੈਟ ਸਮੇਤ ਕਤਲ ਕੇਸ ਦੇ ਹੋਰ ਕਈ ਦੋਸ਼ੀ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਹੀ ਰਿਹਾ ਕਰ ਦਿੱਤੇ ਜਾਂਦੇ ਨੇ ਪਹਿਲਾਂ ਹੀ ਉਹਨਾਂ ਦੀ ਸਜ਼ਾ ਮਾਫ ਕਰ ਦਿੱਤੀ ਜਾਂਦੀ ਹੈ ਬਿਲਕੁਲਿਸ ਬਾਨੋ ਦੇ ਬਲਾਤਕਾਰ ਅਤੇ ਪਰਿਵਾਰ ਦੇ 14 ਮੈਂਬਰਾਂ ਨੂੰ ਮਾਰਨ ਵਾਲੇ ਕਾਤਲ ਜਿਸ ਸਜ਼ਾ ਮਾਫੀ ਦੇ ਹੱਕਦਾਰ ਨੇ ਤਾਂ ਫਿਰ ਬੰਦੀ ਸਿੰਘ ਵੀ ਇਹ ਜਿਹੜੇ 20 ਬੰਦੀ ਸਿੰਘ ਵੀ ਆਪਣੇ ਮੁਲਕ ਵਿੱਚ ਇਸ ਅਧਿਕਾਰ ਦੇ ਹੱਕਦਾਰ ਕਿਉਂ ਨਹੀਂ ਹਨ ਹੋਰ ਬਹੁਤ ਸਾਰੇ ਜਿਹੜੇ ਮਨੁੱਖੀ ਅਧਿਕਾਰ ਕਾਰਕੁਨ ਨੇ ਲੇਖਕ ਨੇ ਉਹ ਕਿਉਂ ਫਿਰ ਕੱਲ੍ਹ ਮਾਫੀ ਦੇ ਹੱਕਦਾਰ ਨਹੀਂ ਹਨ ਜੇ ਰਾਜੀਵ ਗਾਂਧੀ ਦੇ ਕਾਤਲ ਚੰਗੇ ਆਚਰਣ ਕਰਕੇ ਰਹਾਅ ਕੀਤੇ ਜਾ ਸਕਦੇ ਨੇ ਤਾਂ ਫਿਰ ਬੰਦੀ ਸਿੰਘ ਕਿਉਂ ਨਹੀਂ ਉਹ ਵੀ ਉਸ ਹਾਲਤ ਵਿੱਚ ਜਦੋਂ ਇਹਨਾਂ ਵਿੱਚੋਂ ਬਹੁਤਿਆਂ ਨੇ ਜਜ਼ਬਾਤ ਵਿੱਚ ਆ ਕੇ ਸਿਆਸੀ ਕਤਲ ਕੀਤੇ ਸਨ ਵਕੀਲ ਜਸਪਾਲ ਸਿੰਘ ਮੰਜਪੂਰ ਦੇ ਮੁਤਾਬਿਕ ਬੰਦੀ ਸਿੰਘਾਂ ਦੀ ਰਿਹਾਈ ਜੇ ਸੌਖੀ ਨਹੀਂ ਤਾਂ ਔਖੀ ਵੀ ਨਹੀਂ ਜੇ ਸਰਕਾਰ ਤੇ ਕਾਨੂੰਨ ਮਨੁੱਖੀ ਹੱਕਾਂ ਦੇ ਅਲੰਬਰਦਾਰ ਹੋਣ ਤਾਂ ਸਜ਼ਾ ਨਾਲੋਂ ਵੱਧ ਸਮਾਂ ਜੇਲ੍ਹਾਂ ਦੇ ਵਿੱਚ ਰਹਿ ਰਹੇ ਬੰਦੀ ਸਿੰਘਾਂ ਦੀ ਰਿਹਾਈ ਕੋਈ ਅਸਮਾਨੋਂ ਤਾਰੇ ਤੋੜਨ ਵਰਗੀ ਔਖੀ ਗੱਲ ਨਹੀਂ ਹੈ ਪ੍ਰਾਈਮ ਟਾਈਮ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ